ਦੀ ਸ਼ਕਤੀ ਪੰਜਾਬ ਦੇ ਹੱਥ ਦੇਣ ਦੀ ਗੱਲ ਕਰ ਰਹੇ ਨੇ ਤੇ ਹਮੇਸ਼ਾ ਕਰਦੇ ਵੀ ਰਹਿਣਗੇ। ਉਹਨਾਂ ਆਖਿਆ ਕਿ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦਾ ਰੰਗ ਹਰਾ ਹੈ, ਇਸ ਲਈ ਉਹਨਾਂ ਦਾ ਤੜਾ ਹੁਣ ਹਰੇ ਰੰਗ ਦੀਆਂ ਦਸਤਾਰਾਂ ਸਜਾਵੇਗਾ। ਇਸ ਮੌਕੇ ਉਹਨਾਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਆਰਮੀ ਚੀਫ ਨੂੰ ਪਾਏ ਗਏ ਜੱਫੀ ਨੂੰ ਵੀ ਬਿਲਕੁਲ ਸਹੀ ਦੱਸਿਆ। ਉਹਨਾਂ ਆਖਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸਿੱਖਾਂ ਅਤੇ ਪੰਜਾਬੀਆਂ ਲਈ ਬਹੁਤ ਵੱਡੀ ਇੰਤਜ਼ਾਰ ਦੀ ਘੜੀ ਹੈ। ਨਹੀਂ, ਹਰੀ ਪਗੜੀ ਕਿਸਾਨਾਂ ਦਾ ਰੰਗ ਹੈ ਜੀ, ਇਹਦੇ ਨਾਲ ਵੱਡਾ ਇਹਦੇ ਨਾਲ ਵਧੀਆ ਤਾਂ ਰੰਗ ਹੀ ਹੈ ਨਹੀਂ ਕੋਈ। ਨਵੀਂ ਪਾਰਟੀ ਦਾ ਸੂਚਕ ਨਹੀਂ ਹੈ? ਨਾ 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 ਨਾ, ਆਮ ਆਦਮੀ ਪਾਰਟੀ, ਅਸੀਂ ਕੋਈ ਛੱਡੀ ਪਾਰਟੀ ਜੀ। ਜਿਹੜੀ ਪਾਰਟੀ ਨੂੰ ਪੰਜਾਬੀਆਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਜਿਆ, ਪੈਸਾ ਦਿੱਤਾ, ਮਿਹਨਤ ਕੀਤੀ, ਨੌਕਰੀਆਂ ਛੱਡੀਆਂ, ਅਸੀਂ ਕੋਈ ਛੱਡੀ ਹੈ ਜੀ? ਬਿਲਕੁਲ ਨਹੀਂ, ਬਿਲਕੁਲ ਕਿਸੇ ਪਾਰਟੀ ਦੇ ਨਾਲ ਹਲੇ ਪਹਿਲਾਂ ਆਪਣਾ ਅਸੀਂ ਘਰ ਸਵਾਰਾਂਗੇ, ਉਸ ਤੋਂ ਬਾਅਦ ਦੇਖੋ। ਲੈਟ ਦ ਸਿਚੁਏਸ਼ਨ ਕਮ, ਇਟ ਇਜ਼ ਟੂ ਪ੍ਰੀਮੈਚੋਰ, ਬਿਕੋਜ਼ ਵੀ ਵਾਂਟ ਕਿ ਸਾਡੀ ਪਾਰਟੀ ਦੇ ਲੀਡਰਸ ਪੰਜਾਬ ਦੇ ਲੋਕਾਂ ਦੀ ਜ਼ਮੀਨ ਤੋਂ ਆਵਾਜ਼ ਸੁਣ ਲੈਣ। ਅਗਰ ਉਹ ਵਾਕਈ ਡੈਮੋਕਰੈਟਸ ਨੇ ਤਾਂ ਉਹਨਾਂ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਨਾ। ਅਗਰ ਉਹ ਅਗਰ ਲੋਕ ਸਭਾ ਦੇ ਵਿੱਚ ਦਿੱਲੀਓਂ ਪੈਰਾਸ਼ੂਟ ਤੋਂ ਉਤਾਰਨਗੇ ਤਾਂ ਮੌਕੇ 'ਤੇ ਦੇਖਾਂਗੇ। ਨਵਜੋਤ ਸਿੱਧੂ ਨੇ ਕੋਈ ਗਲਤੀ ਨਹੀਂ ਕੀਤੀ, ਜੱਫੀ ਪਾਉਣਾ ਕੋਈ ਮਾੜੀ ਗੱਲ ਨਹੀਂ। ਸਾਨੂੰ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲੰਘਾ, ਉਹ ਸਾਨੂੰ ਚਾਹੀਦਾ ਵਾ, ਉਹ ਸਾਨੂੰ ਮਿਲਣਾ ਚਾਹੀਦਾ। ਪੰਜਾਬ ਦਾ ਅਤੇ ਪਾਕਿਸਤਾਨ ਦਾ ਅੰਮ੍ਰਿਤਸਰ ਬਾਰਡਰ ਖੁੱਲ੍ਹਣਾ ਚਾਹੀਦਾ। ਸਾਡੇ ਕਿਸਾਨ ਮਰ ਰਹੇ ਨੇ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਗਾ।